जल्दी जल्दी मेरे नाल ब्याह करा ला, बड़ा मेनू मसला बने। की होया? ओ मेनू नजूमी ने कहा ब्याह कराएगा ते बच्चे होने ही उंज नहीं होने। ते ब्याह करा ला मारियां नजूमी नु जुतियां। क्यों? मेनू कहंदा मेनू क्यों मारदे आ? मैं कहा मामा तू कहदा नजूमी, तैनू नहीं सी पता अज पैणी आ। ਤੂੰ ਤੇ ਜੂਮੀ ਨਾਲ ਹੀ ਆਡਾ ਨਾਲ ਤਾਂ ਪੈਣੀ ਆ। ਜਲਦੀ ਜਲਦੀ ਮੇਰੇ ਨਾਲ ਸੁਣ, ਮੈਂ ਨਹੀਂ ਵਿਆਹ ਸ਼ਾ ਕਰਨਾ ਤੇਰੇ ਨਾਲ। ਤੇਰਾ ਮੇਰਾ ਵਿਆਹ ਹੋਵੇ ਨਾ, ਸਾਡੇ 25 ਬੱਚੇ ਹੋਣ। ਹਾਏ ਇੰਨੇ ਬੱਚੇ! ਓਏ ਆ ਪਹਿਲੇ ਬੱਚੇ ਦਾ ਹੀ ਰੌਲਾ ਹੁੰਦਾ ਤੇ ਬਾਅਦ ਚੋਂ ਤਾਂ ਬੱਚੇ ਇੰਜ ਹੁੰਦੇ ਜਿਵੇਂ ਯੂਨਿਟ ਡਿੱਗਦੇ। ਜਲਦੀ ਜਲਦੀ ਕਰ ਲਾ ਮੇਰੇ ਨਾਲ ਵਿਆਹ। ਮੈਂ ਨਹੀਂ ਤੇਰਾ ਵਿਆਹ ਕਰਨਾ। ਮੈਂ ਕਰਨਾ ਨਾ ਤੇਰੇ ਨਾਲ ਪਿਆਰ। ਓਏ ਮੈਂ ਤੈਨੂੰ ਇਸ ਲਈ ਸੱਚੀ ਗੱਲ ਦੱਸਣ ਲੱਗਾ। ਕੀ ਸੱਚੀ ਗੱਲ ਦੱਸਾਂ? ਮੈਂ ਪਹਿਲੇ ਵੀ ਕੁੜੀ ਫਸਾਈ। ਏ ਹਾਂ, ਗਵਾਂਢੀਆਂ ਦੀ ਕੰਧ ਚੋਂ ਮੈਂ ਇੱਕ ਇੱਟ ਕੱਢੀ, ਐਡੀ ਮੋਟੀ ਅੱਖ ਨਜ਼ਰ ਆਈ। ਮੈਂ ਦੂਸਰੀ ਇੱਟ ਕੱਢੀ, ਦੋ ਅੱਖਾਂ ਨਜ਼ਰ ਆਈਆਂ। ਫਿਰ ਮੈਂ ਤੀਸਰੀ ਇੱਟ ਕੱਢੀ, ਫਿਰ ਮੈਂ ਤਿੰਨੇ ਹੀ ਲਾਤੀਆਂ। ਕਿਉਂ? ਉਧਰ ਮੱਝ ਬੰਨੀ ਸੀ। ਲੋਕੀ ਮਸ਼ੂਕਾਂ ਨੂੰ ਤੋਹਫੇ ਦਿੰਦੇ, ਮੈਂ ਉਹਦੇ ਲਈ ਪੱਠੇ ਚੁੱਕੀ ਫਿਰਾਂ। ਲੋਕੀ ਕਹਿਣ ਮਸ਼ੂਕ ਦਾ ਸੁਣਾ ਸੰਡੇ ਨੂੰ ਮਿਲਣ ਗਈ। ਓਏ ਇਹ ਸੰਡਾ ਕੀ ਹੁੰਦਾ? ਇਹ ਮੱਝਾਂ ਦਾ ਨਾਜ਼ਮ ਹੁੰਦਾ। ਕੀ ਕਰਦਾ? ਦੂਰੋਂ ਦੂਰੋਂ ਲੋਕ ਆਪਣੇ ਮਸਲੇ ਹੱਲ ਕਰਾਉਣ ਲਈ ਆਉਂਦੇ। ਮੈਂ ਤੇ ਕਹਿੰਦੀ ਆ ਤੂੰ ਵੀ ਜਾ ਆਪਣਾ ਮਸਲਾ ਹੱਲ ਕਰਾ ਗਿਆ ਚੱਲ। ਉਹ ਭਾਈ ਮਸਲਾ ਵਿਆਹ ਦਾ, ਜਾ ਹੱਲ ਕਰਾ ਕੇ ਚੱਲ। ਕਰਾ ਮੈਨੂੰ ਵਿਆਹ ਜਲਦੀ। ਮੈਂ ਨਹੀਂ ਵਿਆਹ ਕਰਾਉਣਾ, ਆਪਣੀ ਸਿਹਤ ਵੇਖ ਤੋ ਬਸ ਤੱਕਵਾ। ਉਹ ਵੇਖ ਯਾਰ, ਉਹ ਮੇਰਾ ਵਿਆਹ ਵੀ ਨਹੀਂ ਹੋਇਆ, ਮੈਂ ਉਂਝ ਮਰਨ ਵਾਲਾ ਹੋਇਆ। ਵੈਸੇ ਕਿਉਂ ਮਰਨ ਵਾਲਾ ਹੋਇਆ? ਬਾਜੀ ਉਹ ਬੇਵਫਾ ਮਹਿਬੂਬ ਸੇ ਅੱਛਾ ਸੂਫੀ ਸੋਪ। ਆ ਟੈਂਡ ਕਰਾ ਕੇ ਨਹਾਈ ਆ, ਉਹ ਵਿਆਹ ਚ ਕੀ ਪਿਆ? ਬੜੀਆਂ ਤੋਂ ਵੱਧ ਵੱਧ ਕੇ ਗੱਲਾਂ ਕਰਨਾ, ਤੂੰ ਜੰਮਿਆ ਕਿੱਥੇ ਸੈਂ? ਮੈਂ ਮੰਜੀ ਤੇ ਉਹ ਅੰਦਰ ਸਵਾਰ ਪਿਆ ਸੀ। ਮੇਰੀ ਬੇਬੇ ਕਹਿੰਦੀ ਇੱਥੇ ਹੀ ਹੋ ਜਾ, ਮੈਂ ਕਿਹਾ ਹੋ ਜਾਓ ਹੋ ਜਾਓ। ਆ ਉਸ ਟਾਈਮ ਬੱਲਾ ਵੱਡਿਆਂ ਨਾਲ ਲੜਦਾ ਚੰਗਾ ਨਹੀਂ ਲੱਗਦਾ। ਮੇਰੀ ਗੱਲ ਸੁਣ, ਜੰਮਣ ਤੋਂ ਪਹਿਲੇ ਕਿੱਥੇ ਸੈਂ ਇਹ ਦੱਸ। ਮੈਂ ਜੰਮਣ ਤੋਂ ਪਹਿਲੇ ਮੈਂ ਅੱਬਾ ਜੀ ਕੋ ਹੁੰਦਾ ਸਾਂ। ਅਏ ਅੱਬੇ ਦਾ ਪਹਿਲੇ ਵੀ ਵਿਆਹ ਹੋਇਆ ਭਾਈ ਜੀ, ਉਹਦੇ ਕੋ ਹੁੰਦਾ ਸਾਂ ਕੀ ਹੋਵੇ? ਆਪਣੇ ਝੂਠ ਬੋਲਦਾ ਤਾਂ ਕਿਸ ਤਰ੍ਹਾਂ ਚਾਚੇ ਦਾ ਵਿਆਹ ਪਹਿਲੇ ਹੋ ਗਿਆ? ਮੇਰੀ ਗੱਲ ਸੁਣ ਲੈ, ਮੇਰੀ ਗੱਲ ਸੁਣ ਪਹਿਲੇ। ਮੈਂ ਨਹੀਂ, ਮੇਰਾ ਪਿਆ ਭਰਾ ਹੈ ਭਾ ਪਿਆਸ। ਹਜ਼ਰਤ ਮੈਂ ਚੌਧਰੀ ਮੰਨਾ, ਉਮੀਦਵਾਰ ਬਰਾਏ ਨਾਜ਼ਮ, ਇੰਤਹਾਬੀ ਨਿਸ਼ਾਨ ਖੋਤੀ, ਹਲਕਾ UC 114। ਹਜ਼ਰਤ ਮੈਨੂੰ ਵੋਟ ਪਾਓ, ਵੋਟ ਮੈਨੂੰ ਪਾਓ, ਮੈਨੂੰ ਪਾਓ ਵੋਟ। ਮੈਂ ਤੁਹਾਡੇ ਸਾਰੇ ਮਸਾਇਲ ਹੱਲ ਕਰਾਂਗਾ। ਪਿਛਲਾ ਨਾਜ਼ਮ ਠੀਕ ਨਹੀਂ ਸੀਗਾ ਹਜ਼ਰਤ, ਮੈਂ ਉਹ ਨਾਜ਼ਮ ਆ ਜਿਹੜੇ ਤੁਹਾਡੇ ਘਰਾਂ ਦੇ ਕੰਮ ਵੀ ਕਰਾਂਗਾ, ਤੁਹਾਡੇ ਬੱਚਿਆਂ ਦੇ ਕੰਮ ਵੀ ਕਰਾਂਗਾ, ਤੁਹਾਡੀਆਂ ਗਲੀਆਂ ਵੀ ਬਣਾਵਾਂਗਾ, ਤੁਹਾਡੀਆਂ ਸੜਕਾਂ ਵੀ ਬਣਾਵਾਂਗਾ। ਬਗੈਰ ਤਾਂ ਐਡਾ ਨਾਜ਼ਮ, ਹਾਂ ਸਿੱਧਾ ਜੁਗਤਾਂ ਕਰੋ ਇੱਥੇ। ਨਹੀਂ ਹਜ਼ਰਤ, ਮੈਂ ਮਰਾਸੀਆਂ ਔਰ ਕੰਜਰਾਂ ਦਾ ਕੰਮ ਛੱਡ ਦਿੱਤਾ। ਮੈਂ ਮਰਾਸੀ ਹੈ ਸ਼ਾਹ, ਇਹ ਮਦੀਆ ਸ਼ਾਹ ਦਾ ਮੁੰਡਾ ਜੱਗੀ ਮਲਕ ਚੋਂ। ਕੌਣ ਹੈ ਤੂੰ? ਮੈਂ ਜੱਗੀ ਮਲਕ। ਹਜ਼ਰਤ ਮੈਂ ਨਾਜ਼ਮ, ਮੈਂ ਨਾ ਮਰਾਸੀਆਂ ਦੀ ਗੱਲਾਂ 'ਚ ਨਹੀਂ ਆਉਣਾ ਹਜ਼ਰਤ, ਮੈਂ ਤੁਹਾਡੀ ਖਿਦਮਤ ਕਰਾਂਗਾ। ਮੈਂ ਅੱਜ ਤੋਂ ਸਿਆਸਤ 'ਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਮੈਨੂੰ ਪਤਾ ਹੈ ਮਰਾਸੀ ਮੇਰੇ ਤੇ ਹਮਲਾ ਕਰਨਗੇ, ਮੈਂ ਇਹਨਾਂ ਦੀ ਗੱਲ। ਉਹ ਤੇਰੀ ਪੂਰੀ ਫੈਮਿਲੀ ਨੱਚ ਨੱਚ ਮਰਨ ਵਾਲੀ ਹੋਈ, ਤੂੰ ਨਾਜ਼ਮ ਹੋਇਆ। ਮੈਨੂੰ ਪਤਾ ਹੈ ਮੇਰੀ ਇੱਜ਼ਤ ਤੇ ਹਮਲੇ ਹੋਣਗੇ, ਲੇਕਿਨ ਤੁਹਾਡੀ ਖਾਤਰ ਮੈਂ ਮਰਾਸੀ ਕੰਜਰਾਂ ਦਾ ਸਾਥ ਛੱਡ ਦਿੱਤਾ ਹੈ। ਮੈਂ ਤੁਹਾਡੀ ਖਿਦਮਤ ਕਰਾਂਗਾ, ਇਹਨਾਂ ਨੂੰ ਕਹੋ ਮੇਰੇ ਤੋਂ ਦੂਰ ਹੋ ਜਾਣ, ਮੈਂ ਸਿਆਸਤ ਤੇ ਹਿੱਸਾ ਲਾਂਗਾ। ਇਹਨ ਪਿਓ ਨੇ ਇਹਨੂੰ ਕਿਹਾ ਤੁਹਾਏ ਵਿੱਚ ਤੇ ਬੀਵੀ 'ਚ ਕੀ ਫਰਕ ਹੈ? ਅੱਛਾ, ਇਹ ਬਗੈਰ ਤੇ ਕਹਿੰਦਾ ਜੀ ਉਹ ਬੀਵੀ ਪੈਸੇ ਨਹੀਂ ਲੈਂਦੀ। ਮੇਰੇ ਕੋਲੋਂ ਕਸਮ ਚੁਕਾ ਲਓ, ਮੈਨੂੰ ਇਹਦਾ ਜਵਾਬ ਆਉਂਦਾ ਹੈ, ਲੇਕਿਨ ਤੁਹਾਡੀ ਖਾਤਰ ਮੈਂ ਜਵਾਬ ਨਹੀਂ ਦਿਆਂਗਾ।
लेकिन मैं तुहाडी खिदमत करांगा छसूफी साहब तुहाडी खिदमत करां करो उधर मुंह मैं खिदमत करां हजरात मैं नाजम उम्मीदवार बराए नाजम इंतहाबी निशान खोती अपना हलका यूसी 114 मैनू वोट पाओ मैं इन्हां दे नाल नहीं रलांगा मैं छड़ देंगा काम इत्थे मावां भैणां इक हुंदियां ने इत्थे अखलाक दा मजाक उड़ाया जांदा है मैं साला हसदा लगदा दरी कट्ठी हो गई बहुत वध गया एक जुगत कर लेंदे हो अपने पिछों एक्सरे करा के स्टेशन ते मंगण दिया भाई जी मेरे दिल च सुराख है सारिया लोगों फड़ के जुत्तियां मारी उन्हें कहा केड़ा दिल साले जी आले दुआले पहाड़ बने ने होए हजरात मैं मैनू माफी दे एक जुगत मेरे मुंह निकल के मैनू माफी दे देना मैं कढ़ाउणी आले हले हाजी साहब बैठो गैस होई चल छड़ दे ओ जेड़े बैठे उहनां नू कदों तू बच्ची लिया के देती हां अच्छा चवल इहदे घर कुड़ी होई अच्छा हां अपनी बीवी नू जुतियां मारन लग पिया उहनू कहिंदा तैनू ते कहिया सी मुंडा होणा चाहीदा ओ कहिंदी चवला जे मैं तेरे ते रहिंदी ऐ वी नहीं सही होणी सही गल ए मेरी फैमिली ते हमला होया लेकिन तुहाडी खातर इंतहाबी निशान खोती खोती नू वोट पाना है दो खोतियां रल जाणगियां वोट हो जाणगे खोती नू कित्थों वोट पाणा औरत भावे जो वोट पाणा सालिया तू की गल ਚਵਲੇ ਜਾਂ ਐਸਾ ਬਗੈਰਤ ਆਪਣੇ ਪਿਓ ਨਾਲ ਫਿਲਮ ਵੇਖਣ ਗਿਆ ਅੱਛਾ ਉਹ ਤੇ ਸੁਲਤਾਨੀ ਸਾਹਿਬ ਨੇ ਕਿਹਾ ਕਿੱਧਰ ਆਇਆ ਬਗੈਰਤਾ ਉਹ ਕਹਿੰਦਾ ਅੱਬਾ ਲੈ ਕੇ ਆਇਆ ਤੁਸੀਂ ਹੱਸੋ ਹਜ਼ਰਾ ਤੁਹਾਡੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇਹ ਜੋਗਤਾ ਕਰੇ ਤੁਸੀਂ ਜਿੰਨਾ ਮਰਜ਼ੀ ਹੱਸੋ ਲੇਕਿਨ ਮੈਂ ਤੁਹਾਡੀ ਖਾਤਰ ਇਹਨਾਂ ਦੇ ਗੱਲਾਂ 'ਚ ਮੈਨੂੰ ਕੁੜੀ ਨਾਲ ਗੱਲਾਂ ਕਰਦਾ ਛੱਡਦੇ ਹਾਂ ਜੀ ਉੱਚੀ ਬੋਲ ਉੱਚੀ ਬੋਲ ਸਾਲੀਏ ਪਿੱਛੇ ਆਵਾਜ਼ ਆਉਣ ਡਈ ਹਾਂਜੀ ਨਹੀਂ यार कठे तो रलो एक दूजे की झोली च बैठे हो आवाज आ रही चलो मैं वही पूछना सी यार कोई नहीं सही तो सब पूछे आवाज आ रही कह नहीं कह कह नहीं आनी है आ रही है ओए आनी है भाई जदों सट्ठा वाली लैनी फिर चौकस हो के बैठना अगले ने सुने नहीं पिछले ने सुन लिया मुबारक ए मुबारक ओ तुहाडी भैन रशीदा ना सब तो मशहूर चीज केड़ी तू लै चले है देखो हजरात एहो जिहे मुंडे फैक्ट्री दी छत्ते रोण डे हुंदे चल पैसे नहीं देने मेरे कपड़े ते दे यार और एहो जिहे भी फैक्ट्री दी छत ते रोण रहे होंदे हाँ। पैसे भी ना दे कपड़े भी ना दे मैनू साह ते लैण दे तू भी निकल साल तू तो आखिरी गल करनी होंगी चवल जान हवे ते चल 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 वो देख लो कर चवल जान डेढ़ घंटा लगता भाजी गल कर लगे तू चाहिए चला दे ना ले या
حضرات انتخابی نشان کھوتی امیدوار برائے ناظم میں کیا اسی نے دلی دی بیاہ کرا لے ساری لڑائیاں ممکن کہ کتنا مزہ آئے گا نا سارا مزہ بیاہ آئے گا نا واہ جی واہ میں صدکے جاواں اپنی بہن دے صدکے جاواں پیار محبت دی گلاں وی نہیں پان نہیں میں تے روٹیاں پکا چلے تے اے تے کوئی اگلا نہیں ہے پان سمجھ نہیں رہے او پان मैं खलोता ही ठीक हां मैं हले कल ड्रिप लवाई मेनू अज ओदा रिजल्ट चाहिए बाहर बड़िया पाउनी इत अखा चखा वालो अखा चखा वालो तो मैं तेन प्यार कर दा मैं बगैर भरा दे सामने भैन छेड़ ले ਮੈਨੂੰ ਕੁੜੀ ਦੇ ਹੱਥ ਕਿਹਨੇ ਬਣਾਏ ਮੈਂ ਮਾਮਾ ਮੈਂ ਗਾਹਕ ਹਾਂ ਇੱਥੇ ਕੋਈ ਦੁਕਾਨ ਨਜ਼ਰ ਆ ਰਹੀ ਹੈ ਨਹੀਂ ਤੇ ਤੂੰ ਕਾਹਦਾ ਗਾਹਕ ਹੈ ਇੱਥੇ ਦੁਕਾਨ ਕੋਈ ਨਹੀਂ ਨਹੀਂ ਤੇ ਸਮਾਨ ਕਿਉਂ ਬਾਹਰ ਰੱਖਿਆ ਇਹ ਮੁਲਕ ਕਿਹੜਾ ਹੈ ਇਸਲਾਮੀ ਤੇ ਕਿਸੇ ਦੇ ਸਮਾਨ ਤੇ ਆਖ ਕਿਉਂ ਰੱਖੀ ਹੈ ਮੈਂ ਕਿਹਾ ਪਾਣ ਜਾਣ ਦਾ ਚੱਲ ਅੰਦਰ ਚੱਲ ਸ਼ਰਮ ਨਹੀਂ ਆਂਦੀ ਲੈ ਮੇਰੀਆਂ ਭੈਣਾਂ ਤੇ ਬੁਰੀ ਨਜ਼ਰ ਰੱਖਦੇ ਹੋ ਤੇ ਮਾਮਾ ਅਸੀਂ ਕਣਕ ਨਹੀਂ ਖਾਂਦੇ ਕਿਸੇ ਦੀ ਧੀ ਪੈਰ ਤੇ ਬੁਰੀ ਨਜ਼ਰ ਨਹੀਂ ਰੱਖਣੀ ਚਾਹੀਦੀ ਸ਼ਰਮ ਨਹੀਂ ਆਉਂਦੀ ਦੱਸ ਯਾਰ ਉਹ ਤੇਰਾ ਕੋ ਗੈਰਤ ਨਾਲ ਤਲਕ ਹੈ ਜਵਾਨ ਬਾਜੀ ਨੇ ਮੇਰੀ ਆ ਬਗੈਰਤ ਨਜ਼ਰ ਰੱਖਦੇ ਹੋ ਰੋਂਦਾ ਬੜਾ ਪੈਸੇ ਮਾਮਾ ਬੜੇ ਪੂਰੇ ਗਿਣਨਾ ਉਹ ਤੇ ਕਾਰੋਬਾਰ ਹੈ ਚਲਾ ਜਾ ਚੱਲ ਤੇਰੀਆਂ ਦੋਨੇ ਬਾਜੀਆਂ ਜਵਾਨ ਹੋ ਗਈਆਂ ਅੱਛਾ ਹਾਂ ਹੁਣ ਉਹਨਾਂ ਦੀ ਇਮਲੀ ਬੰਦ ਕਰਾ ਦੇ